ਸਾਰੇ ਭਗਤਾਂ ਨੂੰ ਜੈ ਮਾਤਾ ਦੀ, ਜੈ ਬੂਆ ਦਾਤੀ ਦੀ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਬਹੁਤ ਹੀ ਆਸਾਨ ਸਰਲ ਉਪਾਏ, ਜੋ ਕਿ ਨਵਰਾਤਿਆਂ ਦੀ ਅਸ਼ਟਮੀ ਆ ਰਹੀ ਹੈ। ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਨਰਾਤਾ ਵੀ ਮੰਗਲਵਾਰ ਸੀ, ਮਾਂ ਦੀ ਅਸ਼ਟਮੀ ਜਿਹੜੀ ਹੈ ਉਹ ਮੰਗਲਵਾਰ ਹੀ ਆ ਰਹੀ ਹੈ। ਬੜਾ ਹੀ ਪਾਵਨ ਵੇਲਾ ਹੈ। ਇਸ ਪਾਵਨ ਵੇਲਾ ਵਿੱਚ ਤੁਸੀਂ ਇੱਕ ਛੋਟਾ ਜਿਹਾ ਉਪਾਏ ਕਰੋ ਜੋ ਕਿ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਗਾ। ਤੁਸੀਂ ਕੀ ਕਰਨਾ ਹੈ, ਇੱਕ ਲੌਂਗ ਲੈਣਾ ਹੈ, ਜਿਹੜਾ ਫੁੱਲ ਵਾਲਾ ਲੌਂਗ ਹੁੰਦਾ ਜਿਹਦੇ ਅੱਗੇ ਫੁੱਲ ਬਣਿਆ ਹੁੰਦਾ ਹੈ, ਉਹ ਲੌਂਗ ਲੈਣਾ ਹੈ। ਲੌਂਗ 9 ਲੌਂਗ ਲੈਣੇ ਨੇ, 9 ਲੌਂਗ ਇੱਕ ਮੋਲੀ ਦੀ ਤੰਦ ਵਿੱਚ ਬਣਾਉਂਦੇ ਜਾਣੇ। ਸਭ ਆਪਾਂ ਫੁੱਲਾਂ ਦਾ ਹਾਰ ਬਣਾਉਂਦੇ ਹਾਂ, ਉਸੇ ਤਰ੍ਹਾਂ ਇੱਕ ਲੌਂਗ ਨੂੰ ਮੋਲੀ ਦੇ ਵਿੱਚ ਗੰਢ ਮਾਰਦੇ ਜਾਣਾ ਹੈ। 9 ਲੌਂਗ ਦੀ ਮਾਲਾ ਬਣਾਉਣੀ ਹੈ, 9 ਲੌਂਗ ਦੀ ਮੋਲੀ ਦੇ ਨਾਲ ਮਾਲਾ ਬਣਾਉਣੀ, ਜਿਸ ਤਰ੍ਹਾਂ ਕਿ ਫੁੱਲਾਂ ਦਾ ਹਾਰ ਬਣਾਇਦਾ। ਉਹ ਬਣਾ ਕੇ ਅਸ਼ਟਮੀ ਵਾਲੇ ਦਿਨ ਸਵੇਰੇ ਨਹਾ ਧੋ ਕੇ ਮਾਂ ਨਵ ਦੁਰਗਾ ਦੀ ਜਿਹੜੀ ਮੂਰਤੀ ਤੁਹਾਡੇ ਘਰ ਹੋਵੇ, ਉਹ 9 ਲੌਂਗ ਦੀ ਮਾਲਾ ਲਾਲ ਮੋਲੀ ਦੇ ਧਾਗੇ ਵਿੱਚ ਬਣਾ ਕੇ ਤੁਸੀਂ ਸਵੇਰੇ ਮਾਂ ਦੁਰਗਾ ਨੂੰ ਅਰਪਿਤ ਕਰਨਾ, ਮਾਂ ਦੇ ਗਲੇ 'ਚ ਪਾਉਣਾ ਕਿ ਮਾਂ ਤੇਰੇ 9 ਸਰੂਪਾਂ ਨੂੰ ਅਸੀਂ ਜਿਹੜਾ ਹੈ ਨਵਰਾਤਿਆਂ ਵਿੱਚ ਪੂਜਨ ਕੀਤਾ ਹੈ, ਸਾਡਾ ਪੂਜਨ ਸਵੀਕਾਰ ਕਰਨਾ। ਮਾਵਾਂ ਨੂੰ, ਪੁੱਤ ਭੈਣਾਂ ਨੂੰ, ਵੀਰ ਅੰਨਿਆਂ ਨੂੰ, ਅੱਖੀ ਰੋਗੀ ਨੂੰ ਕਾਇਆ ਦੇਣਾ, ਜੋ ਵੀ ਸਾਡੀ ਮਨ ਦੀ ਮੁਰਾਦ ਹੈ ਮਾਂ ਪੂਰੀ ਕਰਨਾ। ਔਰ ਮਾਂ ਨੂੰ ਉਹ ਲੌਂਗ ਦੀ ਮਾਲਾ ਦਾ ਹਾਰ ਪਾ ਕੇ ਗੁਲਾਬ ਦੇ ਫੁੱਲਾਂ ਨੂੰ ਅਰਪਿਤ ਕਰਨਾ ਹੈ, ਔਰ ਮਾਂ ਨੂੰ ਕੜਾਹ ਪ੍ਰਸ਼ਾਦ ਪੰਗੂਰ ਦਾ ਭੋਗ ਲਗਾ ਕੇ ਕੰਜਕਾਂ ਬਿਠਾਉਣੀਆਂ ਨੇ। ਜਿਸ ਤਰ੍ਹਾਂ ਕਿ ਕੰਜਕਾਂ ਬਿਠਾਉਂਦੇ, ਉਸੇ ਤਰ੍ਹਾਂ ਕੰਜਕਾਂ ਬਿਠਾਉਣੀਆਂ ਨੇ। ਖੇਤਰੀ ਜਦੋਂ ਆਪਾਂ ਵਧਾਉਂਦੇ ਹਾਂ, ਵਧਾਉਣ ਦੇ ਵਿੱਚ ਇਹ ਨੋਟ ਰੱਖਣਾ ਕਿ ਤੁਹਾਡੀ ਖੇਤਰੀ ਦੇ ਵਿੱਚ ਇੱਕ ਪੌਦਾ ਤਾਂ ਨਹੀਂ ਜਿਹਨੂੰ 2 ਪੱਤੇ ਲੱਗੇ ਹੋਣ। ਅਗਰ ਤੁਹਾਡੀ ਖੇਤਰੀ ਦੇ ਵਿੱਚ ਉਹ ਪੌਦਾ ਹੈ ਜਿਹਨੂੰ 2 ਪੱਤੇ ਲੱਗੇ ਦੇ ਨੇ, ਤੁਸੀਂ ਬੜੇ ਕਰਮਾਂ ਵਾਲੇ ਭਾਗਾਂ ਵਾਲੇ ਜੀਅ ਹੋ। ਉਹ ਖੇਤਰੀ ਵਿੱਚੋਂ ਆਪਣਾ ਉਹ ਜਿਹੜਾ ਪੌਦਾ ਹੈ ਜਿਹੜਾ 2 ਪੱਤੀਆਂ ਵਾਲਾ, ਉਹਨੂੰ ਤੁਸੀਂ ਪੁੱਟ ਕੇ ਇੱਕ ਲਾਲ ਕੱਪੜੇ ਵਿੱਚ, ਜਿਹੜਾ ਤੁਸੀਂ ਆਪਣਾ ਰੋਜ਼ ਇਹ ਗੜਵੀ ਪਾਣੀ 'ਚ ਜੈਫਲ ਪਾਇਆ ਹੈ, ਉਹ ਜਿਹੜਾ ਬੂਟਾ ਹੈ, ਔਰ ਜੈਫਲ ਹੈ, ਠੀਕ ਹੈ, ਜੇ ਸੁਪਾਰੀ ਰੱਖੀ ਹੈ ਸੁਪਾਰੀ ਹੈ, ਉਹ 9 ਲੌਂਗ, 9 ਹਰੀ ਇਲਾਚੀ, 1 ਜੈਫਲ ਜਾਂ ਸੁਪਾਰੀ, ਅਤੇ ਉਹ ਪੌਦਾ ਲਾਲ ਕੱਪੜੇ 'ਚ ਬੰਨ ਕੇ ਤੁਸੀਂ ਆਪਣੇ ਖਜ਼ਾਨੇ ਵਿੱਚ ਰੱਖਣਾ, ਜਿੱਥੇ ਤੁਸੀਂ ਪੈਸੇ ਰੱਖਦੇ ਹੋ। ਅਤੇ ਤੁਸੀਂ ਦੇਖੋਗੇ ਮਾਂ ਦੀ ਕਿਰਪਾ ਦੇ ਨਾਲ ਅੰਤਾਂ ਦੇ ਭੰਡਾਰ ਸਦਾ ਲਈ ਤੁਹਾਡੇ ਭਰੇ ਰਹਿਣਗੇ, ਕਦੀ ਵੀ ਖਾਲੀ ਨਹੀਂ ਹੋਏਗਾ। ਸਾਰਿਆਂ ਨੂੰ ਜਿਹੜੀ ਇਹ ਨਵਰਾਤਿਆਂ ਦੀ ਅਸ਼ਟਮੀ ਹੈ ਮੰਗਲਵਾਰ ਨੂੰ, ਉਹਦੀ ਲੱਖ ਲੱਖ ਵਧਾਈ ਹੋਵੇ। ਔਰ ਨਰਾਤਿਆਂ ਦੀ ਜਿਹੜੀ ਅਸ਼ਟਮੀ ਹੈ, ਬੂਆ ਕੋੜੀ ਸੱਚਖੰਡ ਧਾਮ ਬਟਾਲੇ ਮਾਂ ਦੀ ਚੌਂਕੀ ਜਿਹੜੀ ਹੈ 2 ਵਜੇ ਤੋਂ ਲੈ ਕੇ 5 ਵਜੇ ਤੱਕ ਲੱਗੇਗੀ। ਸਾਰੀਆਂ ਸੰਗਤਾਂ ਨੂੰ ਜਿਹੜੀਆਂ ਦਰਬਾਰ ਨਾਲ ਜੁੜੀਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ 2 ਵਜੇ ਤੋਂ ਲੈ ਕੇ 5 ਵਜੇ ਤੱਕ ਅਸ਼ਟਮੀ ਦਾ ਸਤਸੰਗ ਕੀਰਤਨ ਚੱਲੇਗਾ, ਔਰ ਸਾਰੀ ਸੰਗਤ ਜ਼ਰੂਰ ਪਹੁੰਚੇ ਔਰ ਮਾਂ ਦਾ ਆਸ਼ੀਰਵਾਦ ਲਏ, ਦਰਸ਼ਨ ਕਰੋ ਦੇ ਦਰਬਾਰ ਦੇ, ਮਾਂ ਬੂਆ ਦਾਤੀ ਬਾਵਾ ਜੀ ਆਪਣੇ ਦਰਬਾਰ 'ਤੇ ਆਪਣੇ ਭਗਤਾਂ ਨੂੰ, ਆਪਣੇ ਸੰਗਤਾਂ ਨੂੰ ਹਰ ਵੇਲੇ ਬੁਲਾਉਂਦੇ ਰਹਿਣ, ਔਰ ਸਭ ਦੀ ਝੋਲੀ ਭਰਦੇ ਰਹਿਣ। ਸਾਰੀ ਸੰਗਤ ਨੂੰ ਜੈ ਮਾਤਾ ਦੀ, ਜੈ ਬਾਬਾ ਜੀ ਦੀ, ਸਭ 'ਤੇ ਕਿਰਪਾ ਮਾਂ ਦੀ ਬਣੀ ਰਹੇ। ਦਰਬਾਰ ਦੇ ਨਾਲ ਜੁੜੇ ਰਹੋ, ਬਣੇ ਰਹੋ, ਔਰ ਹੋਰ ਵੀ ਜਿਹੜੇ ਤੁਹਾਨੂੰ ਉਪਾਏ ਛੋਟੇ ਛੋਟੇ ਅਸੀਂ ਦੱਸਦੇ ਰਹਾਂਗੇ, ਜਿਨ੍ਹਾਂ ਤੁਹਾਡੀ ਜ਼ਿੰਦਗੀ ਬਦਲ ਜਾਏ। ਜੈ ਮਾਤਾ ਦੀ।